ਸਤਿ ਸ਼੍ਰੀ ਅਕਾਲ ਜੀ ਪੰਜਾਬੀ ਪੈਰਸ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਮੇਰਾ ਨਾਮ ਯਾਰਨ ਸਿੰਘ ਬਰਾੜ ਤੇ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਫਰੈਂਚ ਖਬਰਾਂ ਪੰਜਾਬੀ ਦੇ ਵਿੱਚ। ਸਭ ਤੋਂ ਜਿਹੜੀ ਵੱਡੀ ਅਪਡੇਟ ਆ ਰਹੀ ਹੈ ਜੀ, ਮਿਊਨਸੀਪੈਲਿਟੀ ਦੇ ਇਲੈਕਸ਼ਨ ਜਿਹੜੇ ਕਿ ਫਰਾਂਸ ਦੇ ਵਿੱਚ ਹੋਣੇ ਆ, ਉਹ ਪਹਿਲਾਂ ਕਹਿੰਦੇ ਸੀ ਕਿ ਨਿਊਲੇ ਹੋ ਜਾਣੇ ਆ, ਪਰ ਉਹ ਹੁਣ ਉਹਨੇ ਰੱਦ ਨਹੀਂ ਕਰਨੇ ਜਿਹੜੇ ਇਲੈਕਸ਼ਨ ਆ ਉਹ ਹੋਣਗੇ। ਜਿਨ੍ਹਾਂ ਬਜ਼ੁਰਗਾਂ ਦੀ ਉਮਰ 70 ਸਾਲ ਤੋਂ ਉੱਪਰ ਆ ਉਹਨਾਂ ਦੇ ਜਿਹੜੇ ਆ ਉਹ ਜਿਉਂਦਾ ਮੇਰੀ ਵਾਲੇ ਜਾਂ ਪੁਲਿਸ ਵਾਲੇ ਘਰੇ ਜਾਣਗੇ, ਉਹਨਾਂ ਤੋਂ ਜਿਹੜੀ ਵੋਟ ਘਰੋ ਘਰੀ ਜਾ ਕੇ ਪਵਾ ਕੇ ਲੈ ਕੇ ਆਉਣਗੇ। ਤੇ ਜਿਹੜੇ ਵੀਰ ਵੋਟ ਪਾਉਣ ਜਾਣਗੇ ਉਹ ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਜਿਹੜੀਆਂ ਲਾਈਨਾਂ ਦੇ ਵਿੱਚ ਇੱਕਦਮ ਚਿੰਬੜ ਕੇ ਨਾ ਖੜਿਓ, ਥੋੜਾ ਥੋੜਾ ਫਾਸਲਾ ਬਣਾ ਕੇ ਤੁਸੀਂ ਖੜਿਓ ਤੇ ਮਾਸਕ ਜ਼ਰੂਰ ਇਸਤੇਮਾਲ ਕਰਿਓ। ਤੇ ਆਪਣਾ ਜਿਹੜੀਆਂ ਮਸ਼ੀਨਾਂ ਉੱਥੇ ਲਾਈਆਂ ਜਾਣਗੀਆਂ ਵੋਟਾਂ ਪਾਉਣ ਵਾਲੀਆਂ, ਉਹ ਵੀ ਉਹਨਾਂ ਨੇ ਕਿਹਾ ਗਿਆ ਕਿ ਜਿਹੜੇ ਬਟਨ ਹੋਣਗੇ ਉਹਨਾਂ ਨੂੰ ਸਪੈਸ਼ਲ ਕਿਸੇ ਤਰੀਕੇ ਦੀ ਪ੍ਰੋਟੈਕਸ਼ਨ ਕੀਤੀ ਜਾਊਗੀ ਕਿ ਜਿਹੜਾ ਕਿ ਇੱਕ ਦੂਜੇ ਦੇ ਬਟਨ ਛੂਹਣ ਦੇ ਨਾਲ, ਤੁਹਾਨੂੰ ਪਤਾ ਜੇਕਰ ਕੋਈ ਵੋਟ ਪਾਊਗਾ ਹਰ ਇੱਕ ਨੇ ਬਟਨ ਨੱਪੀ ਜਾਣੇ ਆ ਤੇ ਜਿਹੜਾ ਵਾਇਰਸ ਫੈਲਣ ਦਾ ਖਤਰਾ ਹੈ। ਤੇ ਕਹਿੰਦੇ ਜਾਂ ਤਾਂ ਸਾਡੀ ਸਪੈਸ਼ਲ ਟੀਮ ਦੇਖ ਰੇਖ ਕਰੂਗੀ ਉਸ ਚੀਜ਼ ਦੀ ਕਿ ਕਿਸੇ ਨੂੰ ਵੀ ਜਿਹੜਾ ਕਿ ਵਾਇਰਸ ਨਾ ਫੈਲੇ। ਉਸ ਤੋਂ ਬਾਅਦ ਜੀ ਡਿਜ਼ਨੀਲੈਂਡ ਤੋਂ ਖਬਰ ਆਈ ਹੈ। ਡਿਜ਼ਨੀਲੈਂਡ ਦੇ ਵਿੱਚ ਇੱਕ ਲੜਕੀ ਜਿਹੜੀ ਕਿ ਗੀਸ਼ੇ ਦੇ ਉੱਪਰ ਕੰਮ ਕਰਦੀ ਸੀਗੀ, ਉਹਨੂੰ ਜਿਹੜਾ ਇਹ ਵਾਇਰਸ ਹੋ ਚੁੱਕਿਆ ਆ। ਤੇ ਡਿਜ਼ਨੀਲੈਂਡ ਦੇ ਵਿੱਚ ਹੁਣ ਉਹਨਾਂ ਨੇ ਕਿਹਾ ਗਿਆ ਕਿ ਜਿਹੜੇ ਯੰਗ ਮੁੰਡੇ ਕੁੜੀਆਂ ਜ਼ਿਆਦਾਤਰ ਕੰਮ ਕਰਦੇ ਆ, ਜਿਹੜੇ ਕਿ ਹਰ ਟਾਈਮ ਜੈੱਲ ਹਾਈਡ੍ਰੋਲਿਕ ਜਿਹੜੀ ਕਿ ਜੈੱਲ ਹੱਥ ਸਾਫ਼ ਕਰਨ ਵਾਲੀ ਉਹਦਾ ਇਸਤੇਮਾਲ ਕਰ ਰਹੇ ਆ ਤੇ ਗਲਵਜ਼ ਦਾ ਇਸਤੇਮਾਲ ਕਰ ਰਹੇ, ਜਿੰਨੇ ਵੀ ਉੱਥੇ ਝੂਲੇ ਆ ਜਿਹੜੇ ਵੀ ਬੱਚਿਆਂ ਦੇ ਆ, ਟ੍ਰੇਨਾਂ ਨੇ ਜਾਂ ਹੋਰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਝੂਲਾ ਹੈ, ਉਹਨੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਹੀ ਸ਼ਿਫਟ ਬਾਏ ਸ਼ਿਫਟ ਜਿਹੜੇ ਕਿ ਉੱਥੇ ਜਿਹੜੇ ਵੀ ਗਏ ਨੇ ਡਿਜ਼ਨੀਲੈਂਡ, ਉਹਨਾਂ ਨੂੰ ਪਤਾ ਹੋਊਗਾ ਕਿ ਟਰਨ ਬਾਏ ਟਰਨ ਬਿਠਾਉਂਦੇ ਨੇ, ਦਸਾਂ ਕਲਾ ਸੈੱਟ ਨਿਗਾਤਾ ਅੰਦਰ, ਫਿਰ ਉਦੋਂ ਬਾਅਦ ਜਦੋਂ ਖਤਮ ਹੋ ਜਾਏ ਕਿਉਂਕਿ ਫਿਰ ਸਾਰੀ ਸਫਾਈ ਕਰਕੇ ਫਿਰ ਗਾਹ ਕਲਾ ਦਸਾਂ ਦਾ ਸੈੱਟ ਵੀ ਇੱਦਾਂ ਜਿਹੜੀ ਪੂਰੀ ਪ੍ਰੋਟੈਕਸ਼ਨ ਦੇ ਨਾਲ ਜਿਹੜਾ ਡਿਜ਼ਨੀਲੈਂਡ ਦਾ ਉਹ ਘੁਮਾਉਂਦੇ ਨੇ ਅੱਜ ਦੀ ਡੇਟ ਦੇ ਵਿੱਚ ਵਾਇਰਸ ਦਾ ਕਰਕੇ। ਫਰਾਂਸ ਦੇ ਵਿੱਚ ਹੁਣ ਤੱਕ ਜੀ 1126 ਕੇਸ ਜਿਹੜੇ ਆ ਕਿ ਸਾਹਮਣੇ ਆਏ ਨੇ। 4 ਵਜੇ ਦੀਆਂ ਜਿਹੜੀਆਂ ਕਿ ਰਿਪੋਰਟ, 4 ਵਜੇ ਤੱਕ ਵੀ 4 ਵਜੇ ਤੱਕ ਦੀਆਂ ਖਬਰਾਂ ਜਿਹੜੀਆਂ ਸਿਲੈਕਟ ਕੀਤੀਆਂ ਨੇ, 21 ਜਿਹੜੀਆਂ ਕਿ ਮੌਤਾਂ ਹੋ ਚੁੱਕੀਆਂ ਨੇ ਤੇ ਵਿੱਚੋਂ 336 ਬੁੱਢੇ ਬੁੱਢੀਆਂ ਨੇ ਜਿਹੜੇ ਕਿ 1126 ਦੇ ਵਿੱਚੋਂ, ਤੇ 1000 ਤੋਂ ਜ਼ਿਆਦਾ ਜਿਹੜਾ ਕਿ ਇਕੱਠ ਕਰਨ ਤੋਂ ਇਨਕਾਰ ਕੀਤਾ ਗਿਆ ਕਿ 1000 ਤੋਂ ਜ਼ਿਆਦਾ ਜਿਹੜਾ ਆ ਇਕੱਠ ਨਹੀਂ ਕਰ ਸਕਦੇ। ਪੂਰੇ ਫਰਾਂਸ ਦੇ ਵਿੱਚ ਐਂਤਰ ਦੀ ਆ, ਇੱਕ ਫੁੱਟਬਾਲ ਦਾ ਮੈਚ ਹੋਣਾ ਸੀਗਾ ਫਰਾਂਸ ਦਾ, ਉਹਦੇ ਵਿੱਚ ਵੀ ਸਿਰਫ ਸਟੇਡੀਅਮ ਦੇ ਵਿੱਚ 1000 ਬੰਦੇ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ ਕਿ ਤੁਸੀਂ ਇਹਦੇ ਵਿੱਚ ਐਂਟਰ ਹੋ ਸਕਦੇ ਹੋ, ਵੱਧ ਬੰਦੇ ਜਿਹੜੇ ਆ ਕਿ ਨਹੀਂ ਹੋ ਸਕਦੇ। ਲੂਬਰ ਮਿਊਜ਼ੀਅਮ ਦਾ ਬੱਜਾ ਕਿ ਮੈਂ ਪਹਿਲਾਂ ਦੱਸਿਆ ਸੀਗਾ ਪਿਛਲੇ ਹਫ਼ਤੇ ਕਿ ਐਤਵਾਰ ਨੂੰ ਬੰਦ ਹੋ ਗਿਆ, ਫਿਰ ਵਿੱਚ ਦੀ ਫੇਰ ਖੋਲ੍ਹਤਾ ਲੋਕਾਂ ਨੇ ਇਤਰਾਜ਼ ਕੀਤਾ ਸੀ। ਅਤੇ ਹੁਣ ਉਹਦੇ ਬਾਰੇ ਅਪਡੇਟ ਇਹ ਆਈ ਕਿ ਜਿਨ੍ਹਾਂ ਨੇ ਔਨਲਾਈਨ ਟਿਕਟਾਂ ਖਰੀਦੀਆਂ ਹੋਈਆਂ ਸੀਗੀਆਂ ਸਿਰਫ ਉਹਨਾਂ ਨੂੰ ਹੀ ਐਂਟਰੀ ਦਿੱਤੀ ਜਾ ਰਹੀ ਆ। ਲੂਬਰ ਮਿਊਜ਼ੀਅਮ ਜਿਹੜਾ ਤਿਕੋਣਾ ਜਿਹਾ ਬਣਿਆ ਵਾ ਅਤੇ ਉਹਦੇ ਬਾਹਰ ਹਰ ਕੋਈ ਘੁੰਮ ਸਕਦਾ, ਤੁਹਾਨੂੰ ਪਤਾ ਹੀ ਫੋਟੋ ਫਟਵਾ ਕਰ ਸਕਦਾ ਆ। ਸਿਰਫ ਅੰਦਰ ਜਿਹੜੀ ਆ ਐਂਟਰੀ ਉਹਨਾਂ ਬੰਦਿਆਂ ਨੂੰ ਹੀ ਆ ਜਿਨ੍ਹਾਂ ਨੇ ਔਨਲਾਈਨ ਟਿਕਟਾਂ ਪਹਿਲਾਂ ਖਰੀਦੀਆਂ ਵੀ ਆ। ਨਵੀਆਂ ਟਿਕਟਾਂ ਉਹ ਵੇਚ ਹੀ ਨਹੀਂ ਰਹੇ, ਇਹਨਾਂ ਨੇ ਉੱਥੇ ਇਹਨਾਂ ਦਾ ਗੀਸ਼ੇ ਜਿਹੜਾ ਆ ਉਹ ਬੰਦ ਕੀਤਾ ਵਾ। ਉਸ ਤੋਂ ਬਾਅਦ ਤੁਹਾਨੂੰ ਜਿੱਦਾਂ ਪਤਾ ਹੀ ਕਿ ਲਗਾਤਾਰ ਫਰਾਂਸ ਦੇ ਵਿੱਚ ਬਾਰਿਸ਼ ਵੀ ਹੋ ਰਹੀ ਹੈ ਅਤੇ ਪੈਰਿਸ ਦੇ ਵਿੱਚ ਖਾਸ ਕਰਕੇ ਜਿਹੜੀਆਂ ਆਈਫਲ ਟਾਵਰ ਦੇ ਕੋਲੇ ਜਿਹੜੀ ਇੱਕ ਨਹਿਰ ਲੱਗਦੀ ਆ, ਆਮ ਜਿਹੜੇ ਪੈਰਿਸ ਵਾਲੇ ਵੀਰ ਉਹਨਾਂ ਨੂੰ ਪਤਾ ਹੋਊਗਾ, ਜਿਹੜੀਆਂ ਹੋਰ ਗਾਰਡਿਸਟਰੀ ਜਿੰਨੀਆਂ ਵੀ ਲੱਗਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਉੱਪਰ ਚੜ੍ਹ ਗਿਆ ਹੈ ਬਾਰਿਸ਼ ਦਾ ਕਰਕੇ। ਅਤੇ ਇਸ ਟਾਈਮ ਜਿਹੜਾ ਉਹ ਪਾਣੀ ਹੈ 4.3 ਮੀਟਰ ਇਹਨਾਂ ਨੇ ਲਿਖਿਆ ਸੀਗਾ ਵੀ ਪਾਣੀ ਹੋ ਚੁੱਕਿਆ। ਅਤੇ ਜਿਹੜੇ ਉੱਥੇ ਬਾਤੋਂ ਚੱਲਦੇ ਨੇ, ਜਿਹੜੇ ਸ਼ਿਪ ਚੱਲਦੇ ਨੇ, ਟੂਰ ਟਾਰ ਕਢਾਉਂਦੇ ਨੇ, ਉਹ ਵੀ ਕਹਿੰਦੇ ਕਿਸੇ ਹੱਦ ਤੱਕ ਜਿਹੜੇ ਉਹ ਬੰਦ ਨੇ, ਕਿਉਂਕਿ ਜਿਹੜੇ ਪੁਲ ਨੇ ਪੁਲ ਦੇ ਥੱਲੇ ਦੀ ਸ਼ਿਪ ਨਹੀਂ ਲੰਘ ਸਕਦੇ, ਪਾਣੀ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਕਿ ਉਹ ਵੱਧ ਚੁੱਕਿਆ ਆ। ਅਤੇ ਇਹਨਾਂ ਨੇ ਕਿਹਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਜਿਹੜੇ ਰੋਡ ਆ ਅਸੀਂ ਉਹ ਵੀ ਬੰਦ ਕਰ ਦੇਵਾਂਗੇ ਜੇ ਜਿਹੜਾ ਪਾਣੀ ਆ ਲਗਾਤਾਰ ਵੱਧਦਾ ਗਿਆ ਆ ਅਤੇ ਬਾਰਿਸ਼ ਦਾ ਕਰਕੇ। ਇੱਕ ਸੰਸਥਾ ਹੈ ਜੀ ਜਿਹਦਾ ਨਾਂ ਹੈਗਾ ਵਾਜ਼ਾਂ ਸੋਲੀਦਿਤੈਸ, ਉਹ ਜਿਹੜੀ ਸੰਸਥਾ ਆ ਕੰਪੇਨ ਇੱਕ ਚਲਾ ਰਹੀ ਆ, ਹਰ ਇੱਕ ਬਾਤੀਮਾ ਦੇ ਬਾਹਰ ਇੱਕ ਪੋਸਟਰ ਚਿਪਕਾ ਰਹੀ ਆ ਸ਼ੀਸ਼ਿਆਂ ਦੇ ਉੱਪਰ ਬਿਲਡਿੰਗਾਂ ਦੇ ਵਿੱਚ। ਸ਼ਾਇਦ ਤੁਹਾਨੂੰ ਵੀ ਪੈਰਿਸ ਫਰਾਂਸ ਵਾਲਿਆਂ ਨੂੰ ਜਿਹੜੇ ਵੀਰ ਆ ਉਹਨਾਂ ਨੂੰ ਮਿਲੇ ਹੋਣਗੇ ਕੰਪੇਨ ਵਾਲੇ, ਜਿਹੜੀ ਚੱਲਦੀ ਪਈ ਆ ਉਹ ਇੱਕ ਸੰਸਥਾ ਹੈ, ਉਹਨਾਂ ਦੇ ਗਰੁੱਪ ਵੱਖ ਵੱਖ ਪਿੰਡਾਂ ਦੇ ਵਿੱਚ ਘੁੰਮ ਰਹੇ ਆ ਅਤੇ ਲੋਕਾਂ ਨੂੰ ਦੱਸ ਰਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ, ਸਿਰਫ ਸਾਵਧਾਨੀ ਵਰਤਣ ਦੀ ਲੋੜ ਆ। ਅਤੇ ਉਹ ਜਿਹੜੀ ਸਮੇਂ ਸਮੇਂ ਸਿਰ ਜਿਹੜਾ ਕਿ ਲੋਕਾਂ ਨੂੰ ਜਿਹੜਾ ਕਿ ਸਮਝਾ ਰਹੇ ਆ, ਅਗਾਹ ਕਰ ਰਹੇ ਆ ਵੀ ਘਬਰਾਓ ਨਾ, ਪੈਨਿਕ ਨਾ ਹੋ, ਸਿਰਫ ਆਪਣੀ ਤੁਸੀਂ ਪ੍ਰੋਟੈਕਸ਼ਨ ਕਰਕੇ ਦੇਖੋ। ਏਅਰ ਫਰਾਂਸ ਸੋਰੀ ਜਿਹੜੇ ਫਰਾਂਸ ਦੇ ਜਿਹੜੀ ਏਅਰ ਬਣਾ ਜਹਾਜ਼ ਜਿਹੜੇ ਬਣਦੇ ਆ ਫਰਾਂਸ ਦੇ ਵਿੱਚ, ਉਹ ਦੁਨੀਆ ਦੇ ਵਿੱਚ 3 ਨੰਬਰ 'ਤੇ ਹੈ ਜੀ। ਜਿਹੜੇ ਕਿ ਰਾਈਫਲ ਜਿਹੜੇ ਜਹਾਜ਼ ਬਣਾਉਂਦੇ, ਲੜਾਕੂ ਜਹਾਜ਼ ਕਹਿਣ ਦਾ ਮਤਲਬ ਕਿ ਫਰਾਂਸ ਦੀ ਜਿਹੜੀ ਕੰਪਨੀ ਬਣਾਉਂਦੀ ਹੈ, 3 ਨੰਬਰ 'ਤੇ ਦੁਨੀਆ ਦੇ ਵਿੱਚ ਫਰਾਂਸ ਕਿ ਸਭ ਤੋਂ ਜ਼ਿਆਦਾ ਜਿਹੜਾ ਹੈ ਕਿ ਜਹਾਜ਼ ਵਿਕ ਰਿਹਾ ਹੈ। ਜਹਾਜ਼ ਵੇਚਣ ਦੇ ਵਿੱਚ 2015 ਤੋਂ ਲੈ ਕੇ ਅੱਜ ਦੀ ਡੇਟ ਤੱਕ ਫਰਾਂਸ ਜਿਹੜਾ ਹੈ ਦੁਨੀਆ ਦੇ 3 ਨੰਬਰ 'ਤੇ ਜਿਹੜਾ ਕਿ ਸਭ ਤੋਂ ਜਿਹੜਾ ਹੈ ਕਿ ਵੱਧ ਵੇਚ ਰਿਹਾ ਆ। ਇਟਲੀ ਦੀ ਖਬਰ ਆ ਜੀ, ਇਟਲੀ ਦੇ ਵਿੱਚ ਟੋਟਲ ਜਿਹੜੇ ਹੁਣ ਤੱਕ ਕੇਸ ਹੋ ਗਏ ਜੀ 7400 ਜਿਹੜੇ ਕੇਸ ਸਾਹਮਣੇ ਆ ਚੁੱਕੇ ਨੇ, 366 ਮੌਤਾਂ ਜਿਹੜੀਆਂ ਕਿ ਵਾਇਰਸ ਦੇ ਨਾਲ ਹੋ ਚੁੱਕੀਆਂ ਨੇ ਤੇ ਦੁਨੀਆ ਦੇ 2 ਨੰਬਰ 'ਤੇ ਆ ਰਿਹਾ ਜੀ ਇਟਲੀ ਇਸ ਵਾਇਰਸ ਨੂੰ ਲੈ ਕੇ।
ਜਿਹੜਾ ਉੱਥੇ ਇੱਕ ਏਰੀਆ ਪੈਂਦਾ, ਮੈਂ ਜਿੱਦਾਂ ਕੱਲ੍ਹ ਉਹਨੇ ਖਬਰਾਂ ਦੇ ਵਿੱਚ ਦੱਸਿਆ ਸੀਗਾ ਕਿ ਏਰੀਆ ਪੈਂਦਾ ਲੋਂਬਰਦੀ, ਲੋਂਬਰਦੀ ਦੇ ਵਿੱਚ ਤਕਰੀਬਨ 1 ਕਰੋੜ ਤੋਂ 1.6 ਕਰੋੜ ਤੋਂ ਉੱਪਰ ਜਿਹੜੇ ਆ ਮਕਾਨ ਨੇ ਤੇ ਉਹਨਾਂ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਪਤਾ ਹੀ ਨਹੀਂ ਕਿੰਨੇ ਹੋਣਗੇ, ਉਹਨੂੰ ਸਾਰਿਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਕਿ ਤੁਸੀਂ ਇਸ ਪਿੰਡ 'ਚੋਂ ਨਾ ਬਾਹਰ ਜਾ ਸਕਦੇ ਹੋ ਨਾ ਇਸ ਪਿੰਡ ਦੇ ਵਿੱਚ ਕੋਈ ਆ ਸਕਦਾ ਆ। ਅਤੇ ਇਹ ਵੀ ਨਾਲ ਹਦਾਇਤ ਦਿੱਤੀ ਗਈ ਕਿ ਜੇਕਰ ਕੋਈ ਇਸ ਨਿਯਮ ਦਾ ਉਲੰਘਣ ਕਰਦਾ ਤਾਂ ਉਹਨੂੰ ਜਿਹੜੀ ਕਿ 3 ਮਹੀਨੇ ਦੀ ਸਜ਼ਾ ਦਿੱਤੀ ਜਾਊਗੀ, ਕਿਉਂਕਿ ਇਟਲੀ ਦੇ ਵਿੱਚ ਜਿਹੜਾ ਇਹ ਵਾਇਰਸ ਆ ਕਾਬੂ ਨਹੀਂ ਹੋ ਰਿਹਾ। ਅਤੇ ਕੰਪਨੀ ਨੂੰ ਵੀ ਕਿਹਾ ਗਿਆ ਆ ਕਿ ਜਿਹੜੇ ਤੁਹਾਡੇ ਵਰਕਰ ਆ ਉਹਨੂੰ ਛੁੱਟੀਆਂ ਦੇ ਉੱਪਰ ਤੁਸੀਂ ਭੇਜ ਦਿਓ, ਵੀ ਕਿਸੇ ਨੂੰ ਜਿਹੜਾ ਆ ਕੰਮ ਦੇ ਉੱਪਰ ਨਾ ਰੱਖੋ, ਕਿ ਵਾਇਰਸ ਜਿਹੜਾ ਤੇਜ਼ੀ ਦੇ ਨਾਲ ਫੈਲ ਰਿਹਾ ਆ, ਕੋਈ ਵੀ ਇਹਦੇ ਉੱਪਰ ਹਜੇ ਤੱਕ ਬਚਾਅ ਵਾਸਤੇ ਕੋਈ ਉਹਨਾਂ ਨੂੰ ਹੱਲ ਨਹੀਂ ਲੱਭ ਰਿਹਾ। ਇੱਕ ਗੱਲ ਹੋਰ ਤੁਹਾਨੂੰ ਸਾਂਝੀ ਕਰਨੀ, ਜਿੱਦਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਮੈਂ ਦੱਸਿਆ ਸੀਗਾ ਕਿ ਵਟਸਐਪ ਦਾ ਇੱਕ ਗਰੁੱਪ ਬਣਾਇਆ ਆ ਮੈਂ, ਅਤੇ ਉਹਦਾ ਜਿਹੜਾ ਲਿੰਕ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ ਅਤੇ ਥੱਲੇ ਕਮੈਂਟ ਦੇ ਵਿੱਚ ਵੀ ਮੈਂ ਪਿੰਨ ਕਰ ਦੂੰਗਾ। ਜਿਹੜੇ ਵੀ ਵਾਕਈ ਇੰਟਰਸਟ ਰੱਖਦੇ ਨੇ ਯੂਰਪ ਦੀਆਂ ਖਬਰਾਂ ਦੇ ਵਿੱਚ, ਫਰਾਂਸ ਦੀਆਂ ਖਬਰਾਂ ਦੇ ਵਿੱਚ, ਉਹ ਗਰੁੱਪ ਨੂੰ ਜੁਆਇਨ ਕਰ ਲੈਣ। ਉਸ ਗਰੁੱਪ ਦੇ ਵਿੱਚ ਨਾ ਤਾਂ ਕੋਈ ਗੁੱਡ ਮਾਰਨਿੰਗ ਦਾ ਮੈਸੇਜ ਆਉਣਾ, ਨਾ ਤੁਹਾਨੂੰ ਕੋਈ ਬੇਫਾਲਤੂ ਵੀਡੀਓ ਨਾ ਫੋਟੋ ਕੁਛ ਵੀ ਨਹੀਂ ਮਿਲਣਾ ਉਹਦੇ ਵਿੱਚ, ਸਿਰਫ ਹੀ ਸਿਰਫ ਵੀਡੀਓ ਮਿਲਿਆ ਕਰੂਗੀ। ਖਬਰਾਂ ਵਾਲੀ ਨੌਲੇਜ ਦੀਆਂ ਤੁਹਾਨੂੰ ਯੂਰਪ ਦੀਆਂ ਖਬਰਾਂ ਉਸ ਚੈਨਲ ਦੇ ਵਿੱਚ ਪੰਜਾਬੀ ਦੇ ਵਿੱਚ ਮਿਲਿਆ ਕਰਨਗੀਆਂ। ਉਹਦੇ ਵਿੱਚ ਸਿਰਫ ਆਪਾਂ ਯੂਟਿਊਬ ਦਾ ਲਿੰਕ ਹੀ ਡਰੋਪ ਕਰ ਦਿਆ ਕਰਨਾ ਆ। ਕਈ ਵਾਰੀ ਵੀ ਕੰਮਾਂ ਕਰਦੇ ਹੁੰਦੇ ਯੂਟਿਊਬ 'ਤੇ ਨਹੀਂ ਵੀਡੀਓ ਦੇਖ ਸਕਦੇ ਤਾਂ ਉਹ ਵਟਸਐਪ 'ਤੇ, ਉਸੇ ਵੇਲੇ ਤੁਹਾਨੂੰ ਪਤਾ ਵਟਸਐਪ ਦੇ ਉਹਦਾ ਲਿੰਕ 'ਤੇ ਕਲਿੱਕ ਕਰਦੇ ਵੀਡੀਓ ਵਟਸਐਪ ਦੇ ਵਿੱਚ ਹੀ ਪਲੇ ਹੋ ਜਾਂਦੀ ਆ। ਅਤੇ ਜੇਕਰ ਕਿਸੇ ਵੀਰ ਨੇ ਜੁਆਇਨ ਕਰਨਾ ਥੱਲੇ ਤੁਸੀਂ ਉਹ 'ਤੇ ਕਲਿੱਕ ਕਰਕੇ ਜੁਆਇਨ ਕਰ ਸਕਦੇ। 250 ਬੰਦੇ ਉਹਦੇ ਵਿੱਚ ਜੁਆਇਨ ਹੋਣਾ ਹੈ ਅਤੇ 150 ਹੋ ਚੁੱਕਿਆ, 100 ਰਹਿੰਦਾ ਆ ਜਿਹਨਾਂ ਵੀਰਾਂ ਨੇ ਜੁਆਇਨ ਕਰਨਾ ਤੁਸੀਂ ਕਰ ਸਕਦੇ ਹੋ। ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਓ ਅਤੇ ਲਾਈਕ ਕਰ ਲਿਓ ਅਤੇ ਸਬਸਕ੍ਰਾਈਬ ਕਰ ਲਿਓ, ਇੱਧਰ ਲਾਲ ਰੰਗ ਦੇ ਬਟਨ ਦੇ ਅਤੇ ਘੰਟੀ 'ਤੇ ਕਲਿੱਕ ਕਰ ਦਿਓ। ਜਿੰਨੇ ਵੀ ਤੁਹਾਡੇ ਯਾਰ ਬੇਲੀ ਹੈਗੇ ਉਹਨਾਂ ਤੋਂ ਕਹੋ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣ, ਅਤੇ ਆਪਣਾ ਤੁਸੀਂ ਸਟੇਟਸ ਦੇ ਵਿੱਚ ਜ਼ਰੂਰ ਇਹਦਾ ਲਿੰਕ ਆ ਪਾਇਆ ਕਰੋ ਖਬਰਾਂ ਦਾ। ਜਿੰਨੇ ਵੀ ਪੈਰਿਸ ਫਰਾਂਸ ਵਾਲੇ ਵੀਰ ਆ ਸਟੇਟਸ ਦੇ ਵਿੱਚ ਪਾਉਣ ਨਾਲ ਇਹ ਹੋਊਗਾ, ਜਿੰਨੇ ਵੀ ਤੁਹਾਡਾ ਫਰੈਂਡ ਸਰਕਲ ਆ ਉਹ ਕੋਈ ਨਾ ਕੋਈ ਤਾਂ ਸਟੇਟਸ ਆ ਗਾਣੇ ਗੁਣੇ ਦਾ ਦੇਖਦੀ, ਚੱਲ ਖਬਰਾਂ ਵੀ ਦੇਖ ਲਿਆ ਕਰੂਗਾ, ਉਹਨੂੰ ਪਤਾ ਲੱਗ ਜੂਗਾ ਵੀ ਅਸੀਂ ਖਬਰਾਂ ਲੱਭ ਕੇ ਮੈਂ ਮਿਹਨਤ ਕਰਦਾ, ਵੀ ਚਲੋ ਮਿਹਨਤ ਜਿਹੜੀ ਹੈ ਕਿਸੇ ਤੋਂ ਹੋਰ 2-4 ਬੰਦਿਆਂ ਨੂੰ ਜਿਹੜੀਆਂ ਖਬਰਾਂ ਪਤਾ ਲੱਗ। ਮਿਲਦੇ ਹਾਂ ਜੀ ਕੱਲ੍ਹ ਨੂੰ 10 ਮਾਰਚ ਨੂੰ ਨਵੀਆਂ ਖਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ।